ਸਰ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਜੀ, ਕਿਸ ਸੰਬੰਧ 'ਚ ਕੀਤੀ ਗਈ ਸਰ? ਇਹ ਮਾਣਯੋਗ ਸਾਡੇ ਸੀ ਪੀ ਸਾਹਿਬ ਕੁਲਦੀਪ ਸਿੰਘ ਚਹਿਲ, ਜਿਹਨਾਂ ਦੀਆਂ ਡਾਇਰੈਕਸ਼ਨਸ ਐਨ ਡੀ ਪੀ ਐੱਸ ਅਤੇ ਗੈਂਗਸਟਰ ਦੇ ਖਿਲਾਫ ਇੱਕ ਜਿਹੜੀ ਮੁਹਿੰਮ ਚਲਾਈ ਹੈ, ਔਰ ਬੜਾ ਸਖ਼ਤ ਜਿਹੜਾ ਰਵੱਈਆ ਅਪਣਾਇਆ। ਇਹਦੇ ਵਿੱਚ ਮੁਕੱਦਮਾ ਨੰਬਰ 17/7/2023 ਨੂੰ 307 ਦਾ ਐਕਟ ਅਤੇ ਆਰਮਜ਼ ਐਕਟ ਦਾ ਪਰਚਾ ਦਰਜ ਹੋਇਆ ਸੀ ਡਿਵੀਜ਼ਨ ਨੰਬਰ 1 'ਚ, ਜਿਹਦੇ ਵਿੱਚ ਕੁਛ ਨੌਜਵਾਨ ਆ ਕੇ ਉਹਨਾਂ ਨੇ ਫਾਇਰ ਕੀਤਾ ਸੀ ਅਤੇ ਉਹਦੇ ਵਿੱਚ ਦੋ ਜਣੇ ਜਿਹੜੇ ਇੰਜਰਡ ਹੋਏ ਸੀ। ਅਤੇ ਇਹਦੇ ਵਿੱਚ ਸਾਡੀ ਟੀਮ ਇੰਚਾਰਜ ਸੀ ਆਈ ਏ ਇੰਦਰਜੀਤ ਸਿੰਘ, ACP ਇਨਵੈਸਟੀਗੇਸ਼ਨ, ADCP ਕਮਲਪ੍ਰੀਤ, ਇਹਨਾਂ ਦੀ ਟੀਮ ਨੇ ਬੜਾ ਅੱਛਾ ਕੰਮ ਕੀਤਾ। ਇਹਦੇ ਵਿੱਚ ਇਹਨਾਂ ਨੇ ਜਿਹੜੇ ਦੋ ਮੁੰਡਿਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ, ਜਿਹੜੇ ਦੋਨੋਂ ਮੇਨ ਜਿਹੜੇ ਉਸ ਮੁਕੱਦਮੇ ਦੇ ਦੋਸ਼ੀ ਸੀ, ਅਤੇ ਉਹਨਾਂ ਦੇ ਕੋਲੋਂ ਜਿਹੜਾ ਦੋ ਪਿਸਟਲ ਜਿਹੜੇ ਰਿਕਵਰ ਕੀਤੇ ਆ ਬੱਤੀਪੁਰ ਦੇ, ਅਤੇ 5 ਜਿਹੜੇ ਆ ਕਾਰਟਰੇਜ ਰਿਕਵਰ ਕੀਤੇ ਆ, ਅਤੇ ਵਾਰਦਾਤ 'ਚ ਵਰਤਿਆ ਹੋਇਆ ਮੋਟਰਸਾਈਕਲ ਜਿਹੜਾ ਉਹ ਬਰਾਮਦ ਕੀਤਾ। ਸਰ, ਇਹਨਾਂ ਦੇ ਪਹਿਲੇ ਕੋਈ ਮੁਕੱਦਮਾ ਦਰਜ ਹੈ ਜੀ? ਇਹ ਦੋਨਾਂ ਦੇ ਖਿਲਾਫ਼ ਪਹਿਲੋਂ ਆਰਮਜ਼ ਐਕਟ ਦਾ ਜਿਹੜਾ ਮੁਕੱਦਮਾ ਦਰਜ ਹੈ, ਦੋਨਾਂ ਨੇ ਜੇਲ੍ਹ ਕੱਟੀ ਹੋਈ ਹੈ, ਅਤੇ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਹੈ। ਸਰ, ਜਿਹੜੇ ਇਹ ਰਿਵੋਲਵਰ ਜਾਂ ਪਿਸਟਲ ਫੜੇ ਗਏ ਨੇ, ਕੀ ਲਾਇਸੈਂਸੀ ਨੇ ਕਿ ਨਾਜਾਇਜ਼ ਨੇ? ਇਹ ਦੇਸੀ ਜਿਹੜੇ ਵੈਪਨ ਆ ਜਿਹੜੇ ਇਹਨਾਂ ਕੋਲੋਂ ਰਿਕਵਰ ਕੀਤੇ ਆ, ਅਤੇ ਇਹੀ ਇਹਨਾਂ ਨੇ ਉੱਥੇ ਵਾਰਦਾਤ ਦੇ ਵਿੱਚ ਜਿਹੜਾ ਵਰਤੇ ਸੀ। ਇਹ ਸਰ ਕਿੱਥੋਂ ਲੈ ਕੇ ਆਉਂਦੇ ਰਿਵੋਲਵਰ? ਇਹ ਹੁਣ ਜਿਹੜਾ ਇਹਨਾਂ ਦਾ ਰਿਮਾਂਡ ਲੈ ਕੇ ਮਾਣਯੋਗ ਕੋਰਟ 'ਚੋਂ ਸੀ, ਅਤੇ ਹੋਰ ਫਰਦਰ ਜਿਹੜਾ ਜਿੱਥੇ ਬਿਹਾਈਂਡ ਹੈਗਾ ਕਿੱਥੋਂ ਲਿਆਉਂਦੇ ਆ ਉਹ ਸਾਰਾ ਅਸੀਂ ਵੈਰੀਫਾਈ ਕਰਾਂਗੇ।